ਇੱਥੇ ਵੀਰ ਜੀ ਹੁਣਾਂ ਨੇ ਦੱਸਿਆ ਵੀ ਇੱਥੋਂ ਦੀ ਸਮੁੱਚੀ ਸੰਗਤ ਨੇ ਕੌਣ ਮੈਂਬਰ ਹੈ ਦਰਬਾਰਾ ਸਿੰਘ ਮੇਰਾ ਤਾਂ ਕਹਿਣ ਨੂੰ ਜੀ ਨਹੀਂ ਕਰਦਾ ਸੀਨੀਵਾਲ ਇੱਕ ਬਲਵੀਰ ਘੁੰਨਸ ਉਹਨਾਂ ਦਾ ਵਾਈਕਾਟ ਕੀਤਾ ਗਿਆ ਵੀ ਸਿੱਧੀਆਂ ਦੀ ਗੱਲਾਂ ਆਪਾਂ ਤਾਂ ਸਿੱਧੇ ਬੋਲਦੇ ਨਾ ਵੀ ਹੁਣ ਹਲੇ ਵੀ ਸਿੰਘ ਦਿਖਾਈ ਜਾਣਗੇ ਵੀ ਸੋ ਤੁਸੀਂ ਦੱਸ ਦਿਓ ਜੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਨੂੰ ਇੰਨੇ ਹੋ ਗਏ ਦਿਨ ਬੇਅਦਬੀ ਹੋਈ ਨੂੰ ਲੋਕਾਂ ਦੇ ਧੀਆਂ ਪੁੱਤਾਂ ਦੇਖੋ ਸੱਤਰ ਸਾਲਾਂ ਦੇ ਬਜ਼ੁਰਗ ਇਹ ਬੈਠੇ ਆ ਸੜਕਾਂ ਤੇ ਜੇ ਹਲੇ ਨਹੀਂ ਘਰਾਂ ਚੋਂ ਨਿਕਲੇ ਇਸ ਲਈ ਬੇਨਤੀ ਹੈ ਇਕਾਗਰਤਾ ਨੇ ਇੱਥੋਂ ਜਿਹੜਾ ਹੈ ਐਸਜੀਪੀਸੀ ਮੈਂਬਰਾਂ ਦਾ ਬਾਈਕਾਟ ਕੀਤਾ ਚੰਗੀ ਗੱਲ ਹੈ ਵੀ ਸਿਆਣੇ ਕਹਿੰਦੇ ਆ ਦੇਰ ਆਏ ਦਰੁਸਤ ਆਏ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਚੰਗੀ ਗੱਲ ਹੈ ਵੀ ਜਿਹੜੇ ਹੈ ਐਸਜੀਪੀਸੀ ਮੈਂਬਰ ਜਾਂ ਸਰਪੰਚ ਜਾਂ ਚੇਅਰਮੈਨ ਇਹ ਥੋੜੀਆਂ ਤੁਹਾਡੇ ਪੁੱਛਾਂ ਲੱਗੀਆਂ ਵੀਰੋ ਤੁਹਾਨੂੰ ਕੋਈ ਨਹੀਂ ਪੁੱਛਦਾ ਕੱਖ ਨੀ ਤੋਣੀ ਆ ਬਸ ਤੁਸੀਂ ਯਾਰ ਸਿੱਧੀ ਜੀ ਗੱਲ ਹੈ ਵੱਧ ਤੋਂ ਵੱਧ ਉਹ ਵੀ ਫੋਟੋ ਖਿਚਾਉਣ ਵਿੱਚ ਵੀ ਤੁਸੀਂ ਕੂਣਾ ਕੂਣੀ ਹੋਈ ਜਾਂਦੇ ਹੋ ਚਾਰ ਜਾਣੇ ਕੋਲੇ ਬੈਠਣ ਉਹਦੀ ਪੱਗ ਲਾਉਣ ਨੂੰ ਤਿਆਰ ਹੁੰਦਾ ਮੇਰੀ ਫੋਟੋ ਆ ਜੇ ਉਹਦੀ ਪੱਗ ਲਾਉਣ ਨੂੰ ਕੀ ਹੋ ਤੁਸੀਂ ਯਾਰ ਕਿਉਂ ਇੱਥੇ ਆਓਗੇ ਇੱਜ਼ਤ ਬਣੂਗੀ ਉਹਨਾਂ ਕੋਲੇ ਬਾਹਰ 'ਚ ਖੜੇ ਰਹਿੰਦੇ ਹੋ ਜੀ ਆ ਜਾਈਏ ਅੰਦਰ ਕਈ ਕੋਈ ਤਾਂ ਡਰਾਈਵਰ ਨੂੰ ਚਾਹ ਪਿਆ ਕੇ ਮੁੜਿਆ ਹੁੰਦਾ ਇੱਥੇ ਆ ਕੇ ਕਈ ਜੋ ਮੰਤਰੀ ਨਾਲ ਗੱਲ ਕਰਕੇ ਆਇਆ ਚਾਹ ਡਰਾਈਵਰ ਨੂੰ ਪਿਆ ਗਿਆ ਹੁੰਦਾ ਇਹ ਸਾਰਾ ਪਤਾ ਮੈਨੂੰ ਇਹਨਾਂ ਦਾ ਇਸ ਲਈ ਬੇਨਤੀ ਹੈ ਇਹਨਾਂ ਨੂੰ ਥੋੜ੍ਹੀ ਬਹੁਤੀ ਬਸ਼ਰਮੀ ਦਿਓ ਵੀ ਆ ਜਾਓ ਵੀਰੋ ਇਕਾਗਰਤਾ ਬਣਾਈ ਰੱਖੋ ਡਿਸਿਪਲਿਨ ਬਣਾਈ ਰੱਖੋ ਸ਼ਾਂਤੀ ਬਣਾਈ ਰੱਖੋ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ